नानक गुरु चरण लागे वाजे अहद सूरे सुनते पुनीत कहते पवित सतगुर रहिया परपूरे बिनवंत नानक गुरु चरण लागे वाजे अनहद तूरे वाहिगुरु जी का खालसा वाहिगुरु जी की फतेह। सिमरन हब किछ लत मागिक मन देठम कोई मेरे साहेबा जिस पत रखे सच्चा साहेब नानक मेट न साके कोई मेरे जिनान संगणिया दुर्मत अंजन मिसर असाकड़े ते मेरे साहेबा आउट टेंडी जाग सवाय जन नानक बेदले के मेरे साहेबा ज्ञान ध्यान किस कर्म न जाना सार न जाना तेरी मेरे साहेबा सब ते वड़ा सतगुर जिन कल राखी मेरी मेरे साहेबा सब ते वड़ा सतगुर नानक जिन कल राखी मेरी मेरे साहेबा वाहिगुरु जी का खालसा वाहिगुरु जी की फतेह। तुम्हारी जियो पिंड सब तेरा वाहे गुरु कहो नानक सब तेरी वडियाई कोई नाम न जाने तेरा वाहेगुरु गुरु जी सतनाम श्री वाहेगुरु जिन ता फरमार हारा दुखन ता सुखदास ता सब ना तो लागे जाके सब गुरुदास ਸੁਣੀ ਅਰਦਾਸ ਸਵਾਮੀ ਮੇਰੇ ਸਭ ਪਰਾ ਵਡਿਆਈ ਪ੍ਰਗਟ ਕਹਿ ਸਕਦੇ ਜੀ ਗ੍ਰੰਥ ਗੁਰੂ ਨਾਨਕ ਕੀ ਵਡਿਆਈ ਅਰਦਾਸ ਤੋਂ ਕਾਸ਼ ਗੁਰੂ ਜੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਸ੍ਰੀ ਭਗਵਤੀ ਪਾਤਸ਼ਾਹ ਪ੍ਰਥਮ ਗੁਰਤੀ ਸੁਣਤੇ ਗੁਰੂ ਨਾਨਕ ਦੇ ਧਿਆਇ ਫਿਰ ਅੰਗ ਗੁਰਦਾਸ ਰਾਮ ਦਾਸ ਸਾਹਿਬ ਹਰ ਗੁਰੂ ਨੇ ਸਮਰਾ ਤੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਟੈ ਸੁਧ ਜਾ ਤੇਰ ਵਗ ਸੰਧਿਐ ਘਰ ਨਾਮ ਦਿਆਵੈ ਧਾਇ ਸਭ ਤਾਈ ਹਸਹਾਰੈ ਸਭ ਤਾਈ ਹਸਹਾਰੈ ਦਸ ਪਾਸਾ ਸਾਹਿਬ ਸ੍ਰੀ ਗੁਰੂ ਮਹਾਰਾਜ ਜੀਓ ਸਭ ਤਾਈ ਹਸਹਾਰੈ ਦਸੋ ਪਰ ਜਗਦੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਿਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਰਾਗ ਦੇ ਪੰਜ ਪਿਆਰੇ ਚਾਰ ਸਹੁ ਜਾਦੇ ਸਾਰੇ ਮੁਖਿਆ ਟੈ ਜਪੇ ਤਪੇ ਆ ਜਿਨ੍ਹਾਂ ਗੁਰੂ ਹਨਾਨ ਜਪਿਆ ਵੰਡ ਸਕੇ ਦੇ ਚਲਾਏ ਤੇ ਗਵਾਹੇ ਦੇ ਕੈਂਟ ਕੀਤਾ ਤਰ ਪੇਰੇ ਸਚਰਮ ਪ੍ਰਥਮ ਦੇ ਸੰਤਾਂ ਦੇ ਕਮਾਦੇ ਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸੰਤਰ ਮੈਂ ਹੈ ਤਸੀਦ ਤੇ ਬੰਧ ਬੰਧ ਟਾਏ ਖੋਪਰੇ ਲਹਾਈਆਂ ਚਰਖੜੇ ਤੇ ਚੜੇ ਤਾਂ ਨਾਰਾ ਚਰਾਗਾ ਸਿੱਖੀ ਕੇ ਸੰਸਵਾਸਨ ਨਵਾਹੀ ਤਿਨਾ ਦੇ ਕਮਾਦੇ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤ ਸ਼ੁਰੂਆਤ ਗੁਰਦੁਆਰਾ ਦਾ ਧਿਆਨ ਰੱਖੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮ ਸਰਬਤ ਖਾਲਸ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਸਿੱਖਾਂ ਨੂੰ ਸਿੱਖੀ ਦਾਨ ਦੇਸ਼ ਦਾਨ ਦਾਨ ਦਵੇ ਦੂਸਰਾ ਦਾਨ
ਸੋ ਭੰਡਾਰੇ ਪ੍ਰਫੁੱਲ ਕਰਨੇ ਕਾਲ ਕੰਟਕ ਦੂਰ ਕਰਨੇ ਮਹਾਰਾਜਿਓ ਕਿਰਤ ਕਮਾਈਆਂ ਵਿੱਚ ਸਫਲਤਾ ਵੱਧ ਵਸਕਨੇ ਦਿਲ ਦਿਲਾਜ ਚੌਕਣੀ ਤਰੱਕੀ ਵਸ਼ਨਿਆ ਕਰ ਮਹਾਰਾਜਿਓ ਸੁਖਮ ਸਾਹਿਬ ਦੇ ਭੋਗ ਦੇ ਸੰਬੰਧ ਵਿੱਚ ਖੁਸ਼ੀ ਮੱਥਣ ਦੇ ਮਹਾਰਾਜਿਓ ਪਰਿਵਾਰਾਂ ਵੱਲੋਂ ਬਖਸ਼ੀਆਂ ਦਾਤਾਂ ਵਿੱਚੋਂ ਬਖਸ਼ੀਆਂ ਪੜਾਰਜੋ ਮਹਾਰਾਜਿਓ ਕੜਾ ਪ੍ਰਸ਼ਾਦ ਜੀ ਦੇ ਅਤੇ ਗੁਰੂ ਕੇ ਲੰਗਰ ਸਜ ਕਰਕੇ ਹਾਜ਼ਰ ਹੋਏ ਜੀ ਆਪ ਜੀ ਕਿਰਪਾ ਕਰੋ ਜੀ ਅੰਤ ਪ੍ਰਕਾਰ ਭੋਜਨ ਬੋਕੀ ਬਹੁ ਬੰਜਨ ਮਿਸਤਾਏ ਕਰੀ ਪਾਸਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਜਾਇ ਕਿਰਪਾ ਕਰੋ ਕਿਹੜਾ ਪ੍ਰਸ਼ਾਦ ਦੇਵਨ ਤੇ ਗੁਰੂ ਕੇ ਲੰਗਰ ਭੋਗ ਲਾ ਭੋਗ ਲੱਗੀ ਦੇ ਅਤੇ ਗੁਰੂ ਕੇ ਲੰਗਰ ਸਮ ਸੰਗਤ ਵਿੱਚ ਪ੍ਰਾਪਤ ਆਗਿਆ ਵਸ਼ਕ ਨੇ ਅਕਾਲ ਪੁਰਖ ਮਹਾਰਾਜ ਜੀ ਸਿੰਘ ਭਾਵ ਨੂੰ ਮੁੱਖ ਰੱਖਦੇ ਪਰਿਵਾਰ ਨੇ ਮਹਾਰਾਜ ਆਜ ਦੇ ਸਮਾਗਮ ਰੱਖਿਆ ਅਕਾਲ ਪੁਰਖ ਮਹਾਰਾਜ ਜੀ ਆਪ ਨੇ ਪਰਿਵਾਰ ਦੀਆਂ ਮਨੋਕਾਮਨਾ ਕਰੋ ਤਾਂ ਸਰਸੋਂ ਪੂਰਨ ਦਸ਼ਕ ਲਿਆ ਸਮੂਹ ਸੰਗਤ ਦਾ ਕਦਮ ਕਦਮ ਚੱਲਿਆ ਲੇਖੇ ਦੇ ਚਰਣਾ ਅਕਾਲ ਪੁਰਖ ਮਹਾਰਾਜ ਆਜ ਦਰਬ ਪ੍ਰਦਰਸ਼ਿਤ ਕੀ ਜੀਵਨ ਨਾਮ ਦਾਨ ਵਸ਼ ਕਰਨ ਜੀ ਸਰਵਤ ਰੇ ਤਾਜ ਰਾਸ ਕਰਨੇ ਸਰਵਤ ਦਾ ਭਲਾ ਕਰਨਾ ਕਰੋ ਕਿਰਪਾ ਦੁਰਗਾਏ ਉਠਣਾ ਵਸ਼ ਕਰਕੇ ਸੁਣ ਸੰਗਤਾਂ ਨੂੰ ਨਦਰੋ ਨਦ ਨਿਹਾਲ ਕਰੋ ਹੁਕਮ ਰੰਗਣ ਦੀ ਆਗਿਆ ਸਨਤ ਬਸ਼ਕਰੀ ਸਤਿ ਜੀ ਅਨਸਰ ਜੀ ਅਰਦਾਸ ਅੱਖਰ ਵਾਧਾ ਘਾਟਾ ਘੁੱਟ ਮਾਫ ਕਰੇ ਸੁਰਤ ਦੇ ਕਾਰਜ ਰਾਸ ਕਰੇ ਸੁਰਤ ਦਾ ਭਲਾ ਕਰਨਾ ਕਰੋ ਕਿਰਪਾ ਸਤਿ ਜੀ ਜੋ ਵੀ ਆਪ ਜੀ ਦੇ ਦਰ ਆਵੇ ਸੋ ਰਾਜੀ ਤੇ ਪ੍ਰਸੰਨ ਜਾਵੇ ਅੜੇ ਸੋ ਚੜੇ ਸ਼ਾਨ ਪਰ ਸਤਿ ਗੁਰੂ ਨਾਨਕ ਨਾਮ ਚੜ੍ਹਦੇ ਕਲਾਮ ਤੇਰੇ ਭਾਣੇ ਸੁਰਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੁਹਰਾ ਆਗਿਆ ਭਇਆ ਕਾਲ ਕੀ ਕਸਮ ਦੀ ਸੋਸਾਂ ਝੱਟੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਨ ਸਹਿਲ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਤਨਾਸਰੀ ਮਹਲਾ ਤੀਜਾ ਘਰ ਚੌਥਾ ਇੱਕ ਓਂਕਾਰ ਸਤ ਗੁਰ ਪ੍ਰਸਾਦ ਹਮ ਭੇਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹਮ ਭੇਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦੇਹੁ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ ਹੋਂਬਲ ਹਾਰੇ ਜਾਓ ਸੱਚ ਤੇਰੇ ਨਾਮ ਮਿਟੋ ਕਰਨ ਕਾਰ ਸੁਭਨਾ ਕਾਰੇ ਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤ ਫੇਰ ਪਏ
कृपा की जय। हो दयाल दर्शन देव अपना ऐसे बख्श करी जय। पंत नानक परम पट खोले गुर प्रसादी जानिया। साची दरदागी है पीतर सतगुर स्यों मन मानिया। पंत नानक परम पट खोले गुर प्रसादी जानिया। साची लिवनागी है पीतर सतगुर स्यों मन मानिया। वाहेगुरु जी का खालसा, वाहेगुरु जी की फतेह। परमस्कार गुरु रूप, गुरु प्यारे, गुरु सवारी सत्संग जी, बड़िया भागा वाले हो जो कि सबल पाप पवित्र हजूरी पिड़ करके बैठ करके गुरबाणी का आनंद माण रहे हो। सत्कार योग सुरगवासी सोहन लाल जी, बीबी अमरजीत कौर, तिना दे पोतरे तथा हरजीत सिंह, बीबी जसलीन कौर के सपुत्र सुखप्रीत सिंह, बीबी तरविंदर कौर, तिना दे व्याह की खुशी और सफलता की खुशी विच परिवार ने बाणी का कोट आसरा तकिया। ढुलकी बाणी आई तिल सगले चिंत मटाई इलाही बाणी दे। परिवार ने अपने ग्रह के खुले पंडाला विच सोने पंडाल सजाए गए हैं। सतगुरां ने अपने तख्तां ते विराजमान हो करके प्रकाशमान हो करके खुले दर्शन दिदारे देके निहालो निहाल निहाल कीता है। सतगुरां दा कोट नाम कोट धनवाद शुकराना। सतगुरु की आग्या लै करके सुखम साहब पाठ की आरंभ कर दी से निर्विघ्नता भोग पाए गए। हुक्मनामा वश किया है सत्संग जीओ 83 राग विच तीसरे पातशाह धन धन गुरु अमरदास महाराज जी जिन्हां ने गुरु अंगद देव पातशाह जी की सेवा की, सेवा नूं फल लग्या, सेवा मंजूर हुई, ते गुरगद्दी दे विराजमान होए, गुरगद्दी दी बख्श होई। क्योंकि सत्संग जी गुरु घर विच सेवा करनी बड़ी औखी है। ते पातशाह जी कहिंदे ने भाई गुर पीरां की चाकरी महा करड़ी सुखसार। गुरु घर विच सेवा करनी कराउण वास्ते ब्यास नदी तों जल गागर विच लै के आउणा इशनान कराउणे सासे, फिर उसे तरह पिछले पैरी महर बैठनी करनी, पिछले पैरी ही वापस जाना है। लोकां ने बहुत ताने मारे, गुरु अमरदास पातशाह ने थावा भी किया है, पर हम साखी में बड़े लिखावे हैं गुरु।
अंकल गब्बे ਹੋਣਾ ਆਇਆ ਅੱਛਾ ਤੁਸੀਂ ਉਹ ਲੋਕ ਇਹ ਨਹੀਂ ਕਰੋਗੇ।
शुरू जिदन मेरे सहुरे ने मेरे ब्याह का कार्ड सी पाउणा सी मेरा नाम नहीं सी पता अपने पेके तो कहते खाली आके खड़े हो जाने इन्ना ही बहुत मेरी गल सुना जसलीन जसवीर पैसे है दविंदर का है देख लो नाम लिख रहा ਨਾਣੇ ਕੋ ਪੈਨ ਹੈਗਾ
बंदा गुआच फड़ा दो
ਚੰਗਾ ਕਰ ਲਈ ਇਹਦੇ ਬਸ ਦੇ ਕਮਲੇਸ਼ ਲਾਇਕ ਡੱਬਾ ਕਮਲੇਸ਼ ਡੱਬਾ ਚਲ ਕੀ ਆਪਾਂ ਵੀ ਹੋਰ ਕੀ ਬਣਾਈ ਆ ਮੈਨੂੰ ਪਾਪਾ ਦੇ ਦੇ ਜਾ ਹਲੋ ਆ ਖੰਡ ਕਰ ਅੱਲਾ ਲਾ ਜੀ